ਚੜ ਗਿਆ ਤੇ ਕੱਪੜੇ ਆਪਾਂ ਕਰ ਰਹੇ ਹਾਂ ਪ੍ਰੈਸ ਤੇ ਹੁਣ ਸਾਡੇ ਕੋਲ ਇਹ ਕੱਪੜੇ ਪ੍ਰੈਸ ਕਰਨ ਦੀ ਆਪਾਂ ਖੋਲ੍ਹੀ ਦੁਕਾਨ ਇੱਥੇ ਮੋਸਕੋ ਦੇ ਵਿੱਚ ਸਾਡੇ ਕੋਲ ਪੈਸੇ ਪੂਸੇ ਘੱਟ ਗਏ ਤੇ ਮੈਂ ਕਿਹਾ ਦੁਕਾਨ ਹੀ ਖੋਲ੍ਹੀਏ ਚਲੋ ਕੰਮ ਕਰ ਵੀ ਬੰਦੇ ਨੇ ਕਰਨਾ ਜ਼ਰੂਰੀ ਆ ਇਸ ਲਈ ਆਪਾਂ ਆਹ ਕੱਪੜੇ ਪ੍ਰੈਸ ਕਰਨ ਦੀ ਦੁਕਾਨ ਖੋਲ੍ਹ ਲਈ ਜੇ ਕਿਸੇ ਨੇ ਕਰਾਉਣੀ ਹੋਵੇ ਸ਼ਰਟ ਪੈਂਟ ਕੁੜਤਾ ਪਜਾਮਾ ਕੁਝ ਵੀ ਕਰਾਉਣਾ ਹੋਵੇ ਪ੍ਰੈਸ ਤਾਂ ਸੰਪਰਕ ਜ਼ਰੂਰ ਕਰ ਲਿਓ ਅਤੇ ਸਾਡਾ ਚੈਨਲ ਵੀ ਸਬਸਕ੍ਰਾਈਬ ਕਰ ਲਿਓ ਬੰਦੇ ਭਾਵੇਂ ਭੋਲੇ ਭਾਲੀ ਹਾਂ ਆਪਾਂ ਪਰ ਚੈਨਲ ਨੂੰ ਸਪੋਰਟ ਜ਼ਰੂਰ ਕਰ ਦਿਓ ਅਤੇ ਆਪਾਂ ਹੁਣ ਕੱਪੜੇ ਪ੍ਰੈਸ ਕਰਨ ਤੋਂ ਬਾਅਦ ਤੁਹਾਨੂੰ ਮੋਸਕੋ ਦੀ ਗਲੀਆਂ ਦਿਖਾਵਾਂਗੇ ਥਾਵਾਂ ਦਿਖਾਵਾਂਗੇ ਜਿੱਥੇ ਵੀ ਜਾਵਾਂਗੇ ਖਾਵਾਂਗੇ ਪੀਵਾਂਗੇ ਸਭ ਕੁਝ ਦਿਖਾਵਾਂਗੇ ਐਂਡ ਤੱਕ ਬਣੇ ਰਹੋ ਸਾਡੇ ਦੇ ਨਾਲ ਮਿਲਦੇ ਹਾਂ ਜਲਦੀ। ਹਾਂਜੀ ਸਤਿ ਸ਼੍ਰੀ ਅਕਾਲ ਜੀ ਅਤੇ ਇਹ ਸੀ ਸਾਡਾ ਹੋਸਟਲ ਪਾਸਟਰ ਨੇ ਇੱਕ ਜਿਹੜਾ ਕਿ ਮੋਸਕੋ ਦੇ ਵਿੱਚ ਸੀ ਅਤੇ ਇੱਥੇ ਅਸੀਂ ਦੋ ਰਾਤਾਂ ਰਹੇ ਹਾਂ ਅਤੇ ਪਰ ਡੇ ਸਾਨੂੰ 600 ਰੁਪਇਆ ਪਿਆ ਇੰਡੀਆ ਦੇ ਹਿਸਾਬ ਨਾਲ ਅਤੇ ਵਧੀਆ ਸੀ ਹੋਸਟਲ ਫੈਸਿਲਿਟੀਜ਼ ਵਧੀਆ ਨੇ ਅਤੇ ਰੂਮ ਵੀ ਵਧੀਆ ਸਭ ਕੁਝ ਵਧੀਆ ਸੀ ਬਾਕੀ ਅਸੀਂ ਇੱਕ ਵਾਰੀ ਤੁਹਾਨੂੰ ਦਿਖਾ ਦਿੰਦੇ ਹਾਂ ਅਤੇ ਜੇਕਰ ਤੁਸੀਂ ਮੋਸਕੋ ਆ ਰਹੇ ਹੋ ਅਤੇ ਬਜਟ ਦੇ ਵਿੱਚ ਤੁਸੀਂ ਰਹਿਣਾ ਆ ਤਾਂ ਇਹ ਹੋਸਟਲ ਅਸੀਂ ਰੈਕਮੈਂਡ ਤੁਹਾਨੂੰ ਕਰਦੇ ਹਾਂ ਤਾਂ ਜ਼ਰੂਰ ਤੁਸੀਂ ਚੈੱਕ ਕਰ ਲਿਓ ਥੱਲੇ ਡਿਸਕ੍ਰਿਪਸ਼ਨ 'ਚ ਲਿੰਕ ਵੀ ਦੇ ਦਾਂਗੇ ਤੁਸੀਂ ਖੋਲ੍ਹ ਕੇ ਦੇਖ ਸਕਦੇ ਹੋ ਉਹਨੂੰ ਬਾਕੀ ਅਸੀਂ ਤੁਹਾਨੂੰ ਹੁਣ ਰੂਮ ਦਿਖਾ ਦਿੰਦੇ ਹਾਂ ਅਤੇ ਵਾਸ਼ਰੂਮ ਵਗੈਰਾ ਸਭ ਕੁਝ ਦਿਖਾ ਦਾਂਗੇ। ਇਹ ਬਾਲਕਨੀ ਸੀ ਅਤੇ ਆਪਾਂ ਬਾਲਕਨੀ ਕਹਿ ਸਕਦੇ ਹਾਂ ਇੱਥੇ ਬਾਹਰ ਦਾ ਵਿਊ ਵੀ ਵਧੀਆ ਸੀ ਆਪਾਂ ਤੁਹਾਨੂੰ ਦਿਖਾ ਦਿੰਦੇ ਹਾਂ ਇੱਕ ਵਾਰੀ ਇਹ ਕੁਝ ਬਾਹਰ ਦਾ ਵਿਊ ਆ ਤੁਸੀਂ ਦੇਖ ਸਕਦੇ ਹੋ ਅਤੇ ਇੱਧਰ ਸਾਡਾ ਰੂਮ ਆ ਜੀ ਅਤੇ ਥੱਲੇ ਹੋਸਟਲ ਦੇ ਮੇਰੇ ਖਿਆਲ ਬਾਰ ਵੀ ਹੈਗਾ ਹੈ ਜੀ ਅਤੇ ਇੱਕ ਇਹਨਾਂ ਦਾ ਕਮੇਡੀ ਕਲੱਬ ਵੀ ਹੈਗਾ ਆ ਉਹ ਤੁਸੀਂ ਦੇਖ ਸਕਦੇ ਹੋ। ਆਹ ਸਾਡਾ ਕੁਝ ਰੂਮ ਦਾ ਵਿਊ ਆ ਤੁਸੀਂ ਦੇਖ ਸਕਦੇ ਹੋ ਜੀ ਆਹ ਰੂਮ ਆ ਜੀ ਅਤੇ ਆਹ ਅਸੀਂ ਆ ਜੀ ਵਿੱਚ ਅਤੇ ਰੂਮ ਤੁਸੀਂ ਦੇਖ ਸਕਦੇ ਹੋ ਅਤੇ ਐਵੇਂ ਡੋਰਮੈਟਰੀ ਹੁੰਦੇ ਨੇ ਉੱਪਰ ਅਤੇ ਥੱਲੇ ਆ ਦੋ ਹੁੰਦੇ ਨੇ ਇੱਕ ਬੈਡ ਦੋ ਬੈੱਡ ਹੁੰਦੇ ਨੇ ਉੱਪਰ ਨੀਚੇ ਅਤੇ ਜਿਹੜੇ ਕਿ ਹੋਸਟਲ 'ਚ ਆਉਂਦੇ ਨੇ ਤੁਹਾਨੂੰ ਮਿਲਦੇ ਨੇ ਡੋਰਮੈਟਰੀ ਬੈੱਡ ਹੁੰਦੇ ਨੇ ਜੀ ਕਈਆਂ ਰੂਮਾਂ ਦੇ ਵਿੱਚ 6 ਹੁੰਦੇ ਨੇ ਕਈਆਂ 'ਚ 4 ਹੁੰਦੇ ਨੇ ਕਈਆਂ 'ਚ 8 ਹੁੰਦੇ ਨੇ ਕਈਆਂ 'ਚ 2 ਵੀ ਹੁੰਦੇ ਨੇ ਉਹ ਜਿੱਦਾਂ ਦੇ ਤੁਸੀਂ ਪੈਸੇ ਪੇ ਕਰਦੇ ਹੋ ਫਿਰ ਉੱਦਾਂ ਦੇ ਤੁਹਾਨੂੰ ਬੈੱਡ ਮਿਲ ਜਾਂਦੇ ਆ ਵੈਸੇ ਇਹ ਵਰਥ ਸੀ ਸਾਡੇ ਲਈ 600 ਰੁਪਏ 'ਚ। ਇੱਥੇ ਤੁਹਾਨੂੰ ਦੇਖ ਲਓ ਆ ਸ਼ੂ ਤੁਹਾਨੂੰ ਰੱਖਣ ਨੂੰ ਰੈਕ ਮਿਲ ਜਾਂਦਾ ਆ ਸ਼ੂ ਰੱਖ ਸਕਦੇ ਹੋ ਤੁਸੀਂ ਉਸ ਤੋਂ ਬਾਅਦ ਇਹਨਾਂ ਨੇ ਆਪਣੀਆਂ ਹੀ ਇੱਥੇ ਹੈ ਨਾ ਤੁਹਾਨੂੰ ਸਲੀਪਰਸ ਦਿੱਤੀਆਂ ਹੋਈਆਂ ਜਿਹੜੀਆਂ ਪਾ ਕੇ ਤੁਸੀਂ ਹੋਸਟਲ ਦੇ ਅੰਦਰ ਘੁੰਮ ਸਕਦੇ ਹੋ ਤੁਸੀਂ ਸ਼ੂ ਵੈਸੇ ਇੱਥੇ ਸਾਰੇ ਕਿਤੇ ਆਪਾਂ ਸ਼ੂ ਜਾਂ ਸਲੀਪਰ ਅੰਦਰ ਪਾ ਕੇ ਕਿਤੇ ਜਾ ਨਹੀਂ ਸਕਦੇ ਪਰ ਇਹਨਾਂ ਨੇ ਆਹ ਅੱਡ ਤੋਂ ਆਪਣੇ ਹੋਸਟਲ ਲਈ ਸਲੀਪਰਸ ਰੱਖੀਆਂ ਹੋਈਆਂ ਨੇ ਅਤੇ ਜਿਹੜੀਆਂ ਆਪਾਂ ਹੋਸਟਲ ਦੇ ਵਿੱਚ ਹੈ ਨਾ ਜਦੋਂ ਆਪਾਂ ਆਉਂਦੇ ਹਾਂ ਤਾਂ ਉਦੋਂ ਸਾਨੂੰ ਇਹ ਫੈਸਿਲਿਟੀ ਦੇ ਦਿੰਦੇ ਆ ਜੀ ਅਤੇ ਤੁਸੀਂ ਜਦ ਆਓਗੇ ਤਾਂ ਤੁਹਾਨੂੰ ਪਤਾ ਲੱਗ ਜੂਗਾ ਜੀ। ਇਹ ਆ ਜੀ ਸਾਡਾ ਕਿਚਨ ਹੋਸਟਲ ਦਾ ਜਿੱਥੇ ਅਸੀਂ ਰਹਿ ਰਹੇ ਹਾਂ ਤਾਂ ਇੱਥੇ ਤੁਸੀਂ ਆਹ ਸਾਰਾ ਕੁਝ ਯੂਜ਼ ਕਰ ਸਕਦੇ ਹੋ ਹੈ ਨਾ ਗੈਸ ਚੁੱਲ੍ਹੇ ਵਗੈਰਾ ਆਹ ਦੇਖੋ ਇੱਥੇ ਕੁਝ ਛੋਲੇ ਬਣਾ ਰਹੇ ਹਾਂ ਅਸੀਂ ਉਬਾਲ ਕੇ ਅਤੇ ਪਾਣੀ ਪੂਣੀ ਦੀ ਸਾਰੀ ਵਧੀਆ ਫੈਸਿਲਿਟੀਜ਼ ਨੇ ਬਾਰਾਂ ਕੋਮਨ ਰੂਮ ਆ ਤੁਸੀਂ ਦੇਖ ਸਕਦੇ ਹੋ ਅਤੇ ਇੱਧਰ ਆਹ ਫਿਲਟਰ ਵੀ ਲੱਗਾ ਹੋਇਆ ਆ ਪਾਣੀ ਪੀਣ ਵਾਲਾ ਅਤੇ ਭਾਂਡੇ ਭੁੰਡੇ ਵੀ ਹੈਗੇ ਆ ਜੀ। ਇਹ ਸਾਡੇ ਹੋਸਟਲ ਦਾ ਪਾਸਟਰ ਨਿਕ ਦਾ ਕੋਮਨ ਏਰੀਆ ਸੀ ਜਿੱਥੇ ਅਸੀਂ ਬੈਠੇ ਹੋਏ ਹਾਂ ਅਤੇ ਤੁਸੀਂ ਦੇਖ ਸਕਦੇ ਹੋ ਸਾਰਾ ਕੁਝ ਕਿਤਾਬਾਂ ਵਗੈਰਾ ਸਾਰਾ ਕੁਝ ਹੈਗਾ ਇੱਥੇ ਅਤੇ ਆਹ ਟੇਬਲ ਵੀ ਹੈਗਾ ਆ ਡਾਇਨਿੰਗ ਟੇਬਲ ਵੀ ਆ ਜਿੱਥੇ ਤੁਸੀਂ ਬਹਿ ਕੇ ਆਪਣਾ ਕੁਝ ਵੀ ਕੁੱਕ ਕਰਕੇ ਨਾ ਖਾ ਸਕਦੇ ਹੋ ਅਤੇ ਫਰਿੱਜ ਦੀ ਫੈਸਿਲਿਟੀ ਵੀ ਹੈਗੀ ਆ ਅਤੇ LED ਵਗੈਰਾ ਸਭ ਕੁਝ ਲੱਗਾ ਹੋਇਆ ਆ ਅਤੇ ਵਧੀਆ ਆ ਵਰਥ ਆ 600 ਰੁਪਇਆ
ਤੁਹਾਡੇ ਪੈਸੇ ਪੂਰੇ ਹੋਣਗੇ ਅਤੇ ਸਸਤੀ ਥਾਂ ਆ। ਅਤੇ ਅਸੀਂ ਹੁਣ ਜਾ ਰਹੇ ਸੀ ਹੋਸਟਲ ਦੇ ਵਿੱਚੋਂ ਅਤੇ ਇਹ ਵੀਡੀਓ ਆਪਾਂ ਹੁਣ ਜਾਂਦੇ ਜਾਂਦੇ ਬਣਾ ਰਹੇ ਹਾਂ। ਅਤੇ ਇਹ ਰਿਸੈਪਸ਼ਨ ਆ ਇੱਥੇ, ਤੁਸੀਂ ਦੇਖ ਸਕਦੇ ਹੋ ਉਹ ਸਾਹਮਣੇ ਪਾਸਟਰ ਨੇ ਇੱਕ ਲਿਖਿਆ ਵੀ ਹੋਇਆ ਅਤੇ ਅਸੀਂ ਕੋਲ ਉਹਨੂੰ ਵੀ ਦਿਖਾ ਲਾਂਗੇ ਤੁਹਾਨੂੰ, ਅਤੇ ਜਾਂਦੇ ਹੋਏ ਤੁਹਾਨੂੰ ਦਿਖਾਉਂਦੇ ਹਾਂ। ਬਾਬਾ ਜੀ ਪੱਕਾ ਪੱਕਾ ਥੈਂਕਸ। ਅਤੇ ਹੁਣ ਆਪਾਂ ਜਾ ਰਹੇ ਸੀ ਅਤੇ ਤੁਹਾਨੂੰ ਦਿਖਾ ਦਿੰਦੇ ਹਾਂ, ਆ ਪਾਸਟਰ ਨੇ ਇੱਕ ਲਿਖਿਆ ਹੈ। ਅਤੇ ਹੁਣ ਇੱਥੋਂ ਆਪਾਂ ਜਾ ਰਹੇ ਹਾਂ, ਸਾਡੀ ਐਂਟਰੀ ਸੀ ਹੋਸਟਲ ਦੀ, ਤੁਸੀਂ ਦੇਖ ਸਕਦੇ ਹੋ। ਅਤੇ ਜਾਂਦੇ ਹੋਏ ਦਿਖਾ ਰਹੇ ਹਾਂ ਤੁਹਾਨੂੰ, ਮੀਂਹ ਪੈ ਕੇ ਹਟਿਆ ਹੈ ਅਤੇ ਬਾਕੀ ਆਪ ਆ ਜਾਓ। ਚੱਕ ਲਿਆਓ ਹੁਣ ਇਹਨੂੰ, ਚੱਕ ਲਿਆਓ ਆ ਜਾਓ। ਹਾਂ ਹਾਂ ਚੱਕ ਲਾਂਗੇ, ਕੋਈ ਚੱਕਰ ਨਹੀਂ ਚੱਕ ਲਾਂਗੇ। ਅਤੇ ਆਹ ਕੁਝ ਬਾਹਰ ਦਾ ਵਿਊ ਆ, ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਵਿਊ ਆ ਇੱਥੇ ਵੀ। ਅਤੇ ਇੱਥੇ ਪੇਂਟਿੰਗਾਂ ਜਿਹੀਆਂ ਬਣੀਆਂ ਹੋਣਗੀਆਂ, ਤੁਸੀਂ ਉਹ ਪਿੱਛੇ ਦੇਖ ਸਕਦੇ ਹੋ। ਅਤੇ ਆਹ ਕੋਈ ਬਿਲਡਿੰਗ ਜੀ ਆ ਆ ਹੋਸਟਲ ਦੇ ਕੋਲ, ਵਧੀਆ ਸੀ ਇੱਥੇ ਜਿੰਨੇ ਦਿਨ ਵੀ ਅਸੀਂ ਰਹੇ ਹਾਂ, ਵਰਥ ਸੀ ਸਾਡੇ ਲਈ। ਅਤੇ ਤੁਸੀਂ ਵੀ ਜ਼ਰੂਰ ਜੇ ਤੁਹਾਨੂੰ ਲੱਗਦਾ ਹੋਇਆ ਤਾਂ ਜ਼ਰੂਰ ਆਉਣਾ, ਜੇ ਮੋਸਕੋ ਆ ਰਹੇ ਹੋ ਤਾਂ ਜ਼ਰੂਰ ਇੱਥੇ ਵੀ ਰਹਿ ਸਕਦੇ ਹੋ ਤੁਸੀਂ। ਅਤੇ ਹੁਣ ਅਸੀਂ ਜਾ ਰਹੇ ਸੀ ਅਤੇ ਬੜਾ ਔਖਾ ਹੁੰਦਾ ਨਾ ਬੰਦੇ ਨੂੰ, ਇਹਦਾ ਟਰੈਵਲਿੰਗ ਕਰਨੀ ਸੌਖੀ ਨਹੀਂ ਹੈਗੀ, ਹੈ ਨਾ, ਆ ਭਾਰ ਭੂਰ ਜੇ ਫਿਰ ਚੱਕਣੇ ਪੈਂਦੇ ਨੇ। ਅਤੇ ਆਹ ਜਰਨੇਟਰ ਗੋਰਿਆਂ ਦੇ ਚੱਲੀ ਜਾਂਦੇ ਆ, ਉਹ ਸਾਹਮਣੇ ਬੈਗ ਫਸ ਗਿਆ ਕਵਲ ਸਾਹਿਬ ਜੀ ਦਾ। ਇਹ ਬਾਈ ਹੁਣੇ ਟਰੈਵਲਿੰਗ ਬੈਗ ਨਹੀਂ ਲੈ ਕੇ ਆਏ, ਦੂਜਾ ਵੱਡਾ ਸੂਟਕੇਸ ਲੈ ਆਏ, ਹੁਣ ਪਛਤਾ ਰਹੇ ਆ ਕਿਉਂਕਿ ਸਾਨੂੰ ਚੱਕਣਾ ਧਰਨਾ ਔਖਾ ਹੋ ਜਾਂਦਾ ਆ। ਬਾਕੀ ਦੇਖਦੇ ਆ ਇੱਧਰ ਜਾਣਾ ਆਪਾਂ, ਇੱਧਰ ਇਹਨੂੰ ਰੇੜ ਲਓ। ਮੀਂਹ ਪੈ ਕੇ ਹਟਿਆ ਆ, ਆਪਾਂ ਬਾਹਰ ਨਿਕਲ ਆਏ ਅਤੇ ਹੁਣ ਦੇਖ ਲਓ ਇੱਥੇ ਵੀ ਚਿੱਕੜ ਚੁੱਕੜ ਹੋਇਆ ਪਿਆ ਆ, ਪਰ ਐਂ ਆ ਵੀ ਜ਼ਿਆਦਾ ਦੇਰ ਨਹੀਂ ਪਾਣੀ ਖੜਦਾ, ਸੁੱਕ ਸੁੱਕ ਪਤਾ ਨਹੀਂ ਕਿਵੇਂ ਜਾਂਦਾ, ਛੇਤੀ ਸੁੱਕ ਜਾਂਦਾ ਇੱਥੇ। ਪਿਛਲੀ ਵੀਡੀਓ ਤੁਹਾਨੂੰ ਦਿਖਾਇਆ ਸੀ ਰਾਤ ਨੂੰ ਵੀ ਇੱਥੇ, ਹੈ ਨਾ, ਕਿਵੇਂ ਪਾਣੀ ਜਿਹਾ ਸੁਕਾਈ ਜਾਂਦੇ ਸੀ ਉਹ ਵੀ ਗੈਸ ਨਾਲ, ਹੈ ਨਾ, ਅੱਗ ਲਾ ਕੇ। ਠੀਕ ਆ, ਮੋਸਕੋ ਵੀ ਵਧੀਆ ਆ, ਵੈਦਰ ਇਸ ਟਾਈਮ ਤੁਸੀਂ ਦੇਖ ਲਓ, ਮੀਂਹ ਵੀ ਪਈ ਜਾਂਦਾ ਆ, ਹਵਾ ਵੀ ਚੱਲੀ ਜਾਂਦੀ ਆ, ਅਤੇ ਗਰਮੀ ਹੈਗੀ ਜ਼ਿਆਦਾ ਨਹੀਂ ਹੈਗੀ, ਥੋੜ੍ਹੀ ਆ, ਮਾੜੀ ਮੋਟੀ, ਕਿਤੇ ਇੰਨੀ ਨਹੀਂ ਹੈਗੀ। ਟੈਂਪਰੇਚਰ ਅੱਜ ਮੇਰੇ ਖਿਆਲ 20 ਡਿਗਰੀ ਹੋਣਾ ਆ, ਜ਼ਿਆਦਾ ਨਹੀਂ। ਅਤੇ ਅੱਗੇ ਹੁਣ ਅਸੀਂ ਦੂਜੇ ਹੋਸਟਲ ਜਾਣਾ ਆ, ਅਤੇ ਜੇ ਹੋ ਸਕਿਆ ਤੁਹਾਨੂੰ ਉਸ ਹੋਸਟਲ ਦਾ ਰਿਵਿਊ ਵੀ ਦੇਵਾਂਗੇ, ਪੈਸੇ ਵੀ ਦੱਸਾਂਗੇ। ਅਤੇ ਅੱਗੇ ਇੱਕ ਸਾਨੂੰ ਭਾਅ ਜੀ ਨੇ ਮਿਲਣਾ ਆ, ਤਾਂ ਹੁਣ ਉਹਨਾਂ ਕੋਲ ਜਾ ਰਹੇ ਹਾਂ, ਐਰਬੇਟ ਸਟਰੀਟ ਦੇ ਵਿੱਚ ਵਾਈਨ ਗ੍ਰੇਟ ਹੋਸਟਲ ਆ, ਭਾਅ ਜੀ ਹੁਣੀ ਉੱਥੇ ਰਹਿੰਦੇ ਆ, ਅਤੇ ਅਸੀਂ
एरबिट दे विच इत्थे रह रहे सी अपना पास्टर ने एक होस्टल दे विच ते हुण भाजी हुण भी साडे नाल रहणगे जिथे आपां नवें होस्टल जा रहे हां ते हुण तीन जने रहांगे पहले दो जने रह रहे सी ते बाकी तुसी देख लो मॉस्को शहर ते उहदियां सड़कां आ देख लो बड़िया बड़िया बिल्डिंगा और कुछ नहीं है इत्थे वधिया ठीक आ सारा कुछ तुसी घूमण आए हो घूमो घूमन दे हिसाब नाल भी ठीक है आया जी आर्बिट स्ट्रीट थानू आ जिथे अंकल जी निशान दऊगा अगे थानू आर्बिट मेट्रो स्टेशन दिखावांगे वैसे इत्थे एरबिट दे विच होस्टल ते होटल ज़्यादा सस्ते ने ठीक है जी थोनू ज़्यादा होस्टल भी इत्थे ने ते होटल भी थोनू मिल जाएंगे जी तो जी आप हाय 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 पौड़ियाँ 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 चढ़ते हुए ते बढ़ते हुए ते आ लोकेशन भी वधिया फोटो फुटो खिंचन एरबिट स्ट्रीट दे कोल ही आए भी